ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਇਤਨੀ ਸੰਗਤ ਕਰਦੇ ਆ ਗੁਰਬਾਣੀ ਪੜ੍ਹਦੇ ਆ ਕਥਾ ਸੁਣਦੇ ਆ ਸਾਡੇ ਜੀਵਨ ਗੁਰਬਾਣੀ ਅਨੁਸਾਰ ਕਿਉਂ ਨਹੀਂ ਟਲਦਾ ਇਸ ਦਾ ਕਾਰਨ ਇਹ ਹੈ ਕਿ ਗੁਰਬਾਣੀ ਦਾ ਅਸਰ ਜਾਂ ਕਥਾ ਲੈਕਚਰ ਦਾ ਅਸਰ ਸਾਡੇ ਮਨ ਬੁੱਧੀ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਵੈਰਾਗ ਆ ਗਿਆ ਦੋ ਚਾਰ ਆंसू ਕੇਰਲੇ ਵਲਵਲਿਆ ਤਾਂ ਹੀ ਸੀਮਤ ਰਹਿੰਦਾ ਇਸ ਤੋਂ ਅਗਾਹਾਂ ਇਹ ਅਸਰ ਆਤਮਾ ਤਾਈਂ ਨਹੀਂ ਉਤਰਦਾ ਸੋ ਇਹ ਗੁਰਬਾਣੀ ਦਾ ਅਸਰ ਸਾਡੀ ਆਤਮਾ ਤਾਈਂ ਕਿਵੇਂ ਉਤਰ ਸਕਦਾ ਹੈ ਤਾਂ ਜੋ ਸਾਡਾ ਜੀਵਨ ਗੁਰਬਾਣੀ ਅਨਸਾਰ ਢਲ ਜਾਵੇ ਇਹ ਅੱਜ ਦੇ ਲੇਖ ਵਿੱਚ ਦਰਸਾਇਆ ਗਿਆ ਹੈ ਇਸ ਤੋਂ ਇਲਾਵਾ ਕਈ ਗੁਰਮੁਖ ਪਿਆਰੇ ਵੀਰ ਭੈਣਾਂ ਦੇ ਮਨ ਨੇ ਚਾਹ ਹੁੰਦਾ ਹੈ ਕਿ ਸਾਨੂੰ ਵੀ ਕੋਈ ਸੇਵਾ ਬਖਸ਼ੀ ਜਾਏ ਜਿਸ ਨਾਲ ਅਸੀਂ ਆਪਣੇ ਪੰਥ ਦੀ ਸੇਵਾ ਕਰ ਸਕੀਏ ਸੋ ਗੁਰਮੁਖ ਪਿਆਰਿਆਂ ਨੇ ਅੱਜ ਇਹੋ ਜੀ ਸੇਵਾ ਦਰਸਾਈ ਹੈ ਜੋ ਅਸੀਂ ਸਾਰੇ ਕਰ ਸਕਦੇ ਆ ਆਪਣੇ ਪੰਥ ਨੂੰ ਚੜ੍ਹਦਿਆਂ ਕਲਾਵਾਂ ਲੈ ਜਾਣ ਲਈ ਆਓ ਪਿਆਰ ਨਾਲ ਸਰਵਣ ਕਰੀਏ ਕਿਸੇ خیال ਕਲਪਨਾ ਜਾਂ ਗਿਆਨ ਨੂੰ ਲੋਕਾਂ ਤਾਈਂ ਪਹੁੰਚਾਉਣਾ ਅਤੇ ਉਹਨਾਂ ਦੇ ਮਾਨਾਂ ਤੇ ਅਸਰ ਪਾ ਕੇ ਕਿਸੇ ਖਾਸ ਨਿਸ਼ਚੇ ਜਾਂ ਗਿਆਨ ਵੱਲ ਪ੍ਰੇਰਣ ਜਾਂ ਕਾਇਲ ਕਰਨ ਨੂੰ ਪ੍ਰਚਾਰ ਕਹਿੰਦੇ ਹਨ ਪ੍ਰਚਾਰ ਕੀ ਹੈ ਕਿ ਕਿਸੇ ਵੀ ਖਿਆਲ ਕਲਪਨਾ ਜਾਂ ਗਿਆਨ ਨੂੰ ਲੋਕਾਂ ਤਾਈਂ ਪਹੁੰਚਾਣਾ ਤੇ ਫਿਰ ਉਹਨਾਂ ਦੇ ਮਨਾਂ ਤੇ ਅਸਰ ਪਾ ਕੇ ਕਿਸੇ ਖਾਸ ਨਿਸ਼ਚੇ ਜਾਂ ਗਿਆਨ ਵੱਲ ਪ੍ਰੇਰਣ ਜਾਂ ਕਾਇਲ ਕਰਨ ਨੂੰ ਪ੍ਰਚਾਰ ਕਹਿੰਦੇ ਹਨ ਅੱਜਕਲ ਪ੍ਰਚਾਰ ਦੇ ਕਈ ਸਾਧਨ ਵਰਤੇ ਜਾਂਦੇ ਹਨ ਪਹਿਲਾ ਹੈ ਸਰੀਰਕ ਸਾਧਨ ਜਿਸ ਤਰ੍ਹਾਂ ਕਿ ਇਕੱਠੇ ਹੋ ਕੇ ਸਤਸੰਗ ਕਰਨਾ कीर्तन कथा लेक्चर पाठ पूजा ਤੇ ਹੋਰ अनेका कर्मकांडਾਂ ਦੁਆਰਾ ਪ੍ਰਚਾਰ ਕਰਨਾ ਦੂਸਰਾ ਹੈ ਮਾਨਸਿਕ ਸਾਧਨ ਧਾਰਮਿਕ ਨਿਸ਼ਚਿਆ ਦਾ ਗਿਆਨ ਜਾਂ ਲਿਖਤੀ ਪ੍ਰਚਾਰ ਕਰਨਾ ਜਿਸ ਤਰ੍ਹਾਂ ਕੇ ਧਾਰਮਿਕ ਗ੍ਰੰਥਾਂ ਕਿਤਾਬਾਂ ਜਾਂ ਲੇਖਾ ਦੁਆਰਾ ਤੀਸਰਾ ਹੈ ਵਿਗਿਆਨਕ ਸਾਧਨ ਰੇਡੀਓ ਟੀਵੀ ਟੇਪ ਰਿਕਾਰਡਰ ਆਦਿ ਸਾਧਨ ਰਾਹੀਂ ਕਥਾ ਕੀਰਤਨ ਦੁਆਰਾ ਪ੍ਰਚਾਰ ਕਰਨਾ ਚੌਥਾ ਹੈ ਸ਼ਖਸੀਅਤ ਅਤੇ ਵਾਤਾਵਰਣ ਦੇ ਪ੍ਰਭਾਵ ਰਾਹੀਂ ਪ੍ਰਚਾਰ ਇਹ ਅਣਡਿੱਟ ਤਰੀਕੇ ਨਾਲ ਅਛੋਪ ਹੀ ਸਹਿਜ ਸੁਭਾਏ ਅਤ ਡੂੰਘੇ ਅਸਰਦਾਇਕ ਪ੍ਰਚਾਰ ਦਾ ਸਾਧਨ ਹੈ ਇਹ ਜਿਹੜਾ ਚੌਥਾ ਹੈ ਸ਼ਖਸੀਅਤ ਅਤੇ ਵਾਤਾਵਰਣ ਦੇ ਪ੍ਰਭਾਵ ਰਾਹੀਂ ਪ੍ਰਚਾਰ ਇਹ ਅਛੋਪ ਹੀ ਸਹਿਜ ਸੁਭਾਏ ਅਤ ਢੂੰਗੇ ਅਸਰਦਾਇਕ ਪ੍ਰਚਾਰ ਦਾ ਸਾਧਨ ਹੈ ਪਹਿਲੇ ਤਿੰਨੇ ਪ੍ਰਚਾਰ ਦੇ ਸਾਧਨ ਸਰੀਰਕ ਮਾਨਸਿਕ ਤੇ ਵਿਗਿਆਨਕ ਇਹ ਅਸਥੂਲ ਦੁਨੀਆ ਜਾਂ ਤ੍ਰੈ ਗੁਣਾਂ ਦੇ ਸਾਧਨ ਹਨ ਅਤੇ ਇਹਨਾਂ ਦਾ ਅਸਰ ਸਾਡੇ ਮਨ ਅਤੇ ਬੁੱਧੀ ਦੇ ਦਾਇਰੇ ਤਾਈਂ ਸੀਮਤ ਹੈ ਜੋ ਕਿ ਬਦਲਿਆ ਜਾ ਸਕਦਾ ਹੈ ਸੋ ਅਸੀਂ ਆਪੋ ਆਪਣੀ ਮਾਨਸਿਕ ਦਿਮਾਗੀ ਜਾਂ ਸੰਸਕਾਰਾਂ ਦੀ ਬਨਾਵਟ ਜਾਂ ਰੰਗਤ ਅਨਸਾਰ ਅਸਰ ਦੇਂਦੇ ਤੇ ਲੈਂਦੇ ਹਾਂ ਹਰ ਇੱਕ ਇਨਸਾਨ ਦੀ ਮਾਨਸਿਕ ਤੇ ਦਿਮਾਗੀ ਬਨਾਵਟ ਉਸ ਦੇ ਪਿਛਲੇ ਜਨਮਾਂ ਦੇ ਸੰਸਕਾਰਾਂ ਅਤੇ ਇਸ ਜਨਮ ਦੇ ਬਾਹਰਲੇ ਗ੍ਰਹਿਣ ਕੀਤੇ ਹੋਏ ਅਸਰਾਂ ਦਾ ਨਿਚੋੜ ਹੈ। ਇਸ ਲਈ ਹਰ ਇੱਕ ਜੀਵ ਦੇ ਧਾਰਮਿਕ ਗਿਆਨ ਜਾਂ ਨਿਸ਼ਚਿਆ ਵਿੱਚ ਵਿਲੱਖਣਤਾ ਆਉਂਦੀ ਹੈ ਅਤੇ ਇੱਕ ਦੂਸਰੇ ਨਾਲ ਨਹੀਂ ਮਿਲਦੇ। ਇਹੀ ਕਾਰਨ ਹੈ ਕਿ ਇੱਕ ਪਰਿਵਾਰ ਦੇ ਜਿੰਨੇ ਮੈਂਬਰ ਹੋਣ ਉਹਨਾਂ ਦੇ ਨਿਸ਼ਚਿਆਂ ਵਿੱਚ ਭਿੰਨ ਭੇਦ ਜਾਂ ਅੰਤਰ ਹੁੰਦਾ ਹੈ ਇਹ ਧਾਰਮਿਕ ਭਿੰਨਤਾ ਸਾਡੇ ਧਾਰਮਿਕ ਅਸਥਾਨਾਂ ਸਾਡੇ ਆਗੂਆਂ ਅਤੇ ਪ੍ਰਚਾਰਕਾਂ ਵਿੱਚ ਵੀ ਪਰਚਲਤ ਹੈ ਇਸ ਦੇ ਨਤੀਜੇ ਵਜੋਂ ਹਰ ਧਰਮ ਵਿੱਚ ਕਈ ਫਿਰਕੇ ਬਣੇ ਹੋਏ ਹਨ ਇਹ ਭਿੰਨ ਭਿੰਨ ਫਿਰਕੇ ਆਪੋ ਆਪਣੀ ਨਿਸ਼ਚਿਆ ਅਨਸਾਰ ਪ੍ਰਚਾਰ ਕਰਦੇ ਹਨ ਇਹਨਾਂ ਨਿਸ਼ਚਿਆ ਜਾਂ ਮर्यादा ਦੇ ਆਧਾਰ ਤੇ ਇਹਨਾਂ ਫਿਰਕਿਆਂ ਵਿੱਚ ਆਮ ਤੌਰ ਤੇ ਖਿਆਲਾਂ ਦਾ ਟਾਕਰਾ अथवा ਆਵਾਦ-ਵਿਵਾਦ ਹੁੰਦਾ ਰਹਿੰਦਾ ਹੈ ਇਸ ਕਾਰਨ ਤਵੱਸਬ ਨਫ਼ਰਤ ਉੱਚ-ਨੀਚ ਤੇ ਵੈਰ-ਵਿਰੋਧ ਵਧਦੇ ਜਾਂਦੇ ਹਨ ਸੋ ਇਸ ਤਰ੍ਹਾਂ ਦੇ ਵਿਰੋਧੀ ਅੰਸ਼ਾਂ ਨੂੰ ਤੱਕ ਕੇ ਆਮ ਜਨਤਾ ਨੂੰ ਧਰਮ ਦੀ ਬਾਬਤ ਕਈ ਭੁਲੇਖੇ अथवा ਸ਼ੰਕੇ ਪੈ ਜਾਂਦੇ ਹਨ ਜਿਸ ਕਾਰਨ ਆਮ ਜਨਤਾ ਦਾ ਧਰਮ ਵੱਲੋਂ ਵਿਸ਼ਵਾਸ ਡੋਲ ਜਾਂਦਾ ਹੈ ਸੋ ਪਹਿਲਾ ਨਾਲੋਂ ਧਰਮ ਅਸਥਾਨ ਧਾਰਮਿਕ ਕਰਮਕਿਰਿਆ ਅਤੇ ਧਰਮ ਪ੍ਰਚਾਰ ਦੀ ਬਹੁਲਤਾ ਦੇ ਬਾਵਜੂਦ ਆਮ ਜਨਤਾ ਦੀ ਧਰਮ ਵੱਲ ਰੁਚੀ ਵਧਣ ਦੀ بجائے ਹਰ ਪਾਸਿਓਂ ਗਰਾਵਟ ਜਾਂ ਟੈਂਦੀਆਂ ਕਲਾਂ ਵੱਲ ਜਾ ਰਹੀ ਹੈ ਸਿੱਖ ਜਨਤਾ ਧਰਮ ਵੱਲੋਂ ਬੇਮੁਖ ਹੋ ਕੇ ਕਿਸਾਂ ਦੀ ਬੇਅਦਬੀ ਕਰ ਰਹੀ ਹੈ ਸਿੱਖ ਜਨਤਾ ਧਰਮ ਵੱਲੋਂ ਬੇਮੁਖ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ ਇਹ ਧਾਰਮਿਕ ਬਿਮਾਰੀ ਫੌਜ ਪੁਲਿਸ ਤੇ ਡਰਾਈਵਿੰਗ ਮਹਿਕਮੇ ਤੇ ਹੋਰ ਕਈ ਸ਼ਰੀਰਣਾਂ ਵਿੱਚ ਫੈਲ ਰਹੀ ਹੈ ਪਰਦੇਸਾਂ ਵਿੱਚ ਤਾਂ ਕੇਸਾਂ ਦੀ ਮਹੱਤਤਾ ਉੱਕਾ ਹੀ ਨਹੀਂ ਰਹੀ ਉੱਥੇ ਤਾਂ ਕਿਸੇ ਟਾਵੇਂ ਟਾਵੇਂ ਪੁਰਾਣੇ ਸਿੱਖਾਂ ਦੇ ਕੇਸ ਹੀ ਨਜ਼ਰ ਆ ਰਹੇ ਹਨ ਨਵੀਂ ਪੀੜ੍ਹੀ ਤਾਂ ਉਕਾ ਹੀ ਕੇਸਾਂ ਨੂੰ ਤਲਾਂਜਲੀ ਦੇ ਚੁੱਕੀ ਹੈ ਅਤੇ ਸਿੱਖੀ ਜੀਵਨ ਤੇ ਬਾਣੀ ਵੱਲੋਂ ਕੋਰੀ ਨਹੀਂ ਬਲਕਿ ਮਖੌਲ ਕਰਨ ਲੱਗ ਪਈ ਹੈ ਇਸ ਵਿੱਚ ਜਨਤਾ ਦਾ ਕਸੂਰ ਨਹੀਂ ਹੈ ਸਿਰਫ ਸਾਡੇ ਧਾਰਮਿਕ ਆਗੂਆਂ ਦੀ ਅਣਗਹਿਲੀ ਅਤੇ ਸਹੀ ਧਾਰਮਿਕ ਪ੍ਰਚਾਰ ਦੀ ਘਾਟ ਹੈ ਸਾਡੇ ਧਾਰਮਿਕ ਸਥਾਨ ਇਹ ਸਾਡੇ ਗੁਰਦੁਆਰੇ ਇਸ ਸਹੀ ਅਰਥਾਂ ਵਿੱਚ ਗੁਰਬਾਣੀ ਦੇ ਪ੍ਰਚਾਰ ਦਾ ਕੇਂਦਰ ਹੋਣ ਦੀ ਬਜਾਏ ਨਿੱਜੀ ਵੈਰ ਵਿਰੋਧ ਅਤੇ ਧੜੇਬੰਦੀਆਂ ਦੇ ਕੇਂਦਰ ਬਣ ਗਏ ਹਨ ਇੱਥੇ ਨਿੱਜੀ ਸਵਾਰਥ ਦੀ ਪੂਰਤੀ ਲਈ ਧਾਰਮਿਕ ਕਰਮਕਿਰਿਆ ਹੀ ਪਰਚਲਤ ਹਨ ਅਤੇ ਮਾਇਕੀ ਸਵਾਰਥੀ ਅਤੇ ਤਜਾਰਤੀ ਰੁਚੀ ਹੀ ਹਰ ਪਹਿਲੂ ਵਿੱਚ ਪ੍ਰਧਾਨ ਹੈ ਆਪਣੇ ਨਿੱਕੇ ਨਿੱਕੇ ਨਿੱਜੀ ਸਵਾਰਥਾਂ ਲਈ ਗੁਰਬਾਣੀ ਨੂੰ ਵਰਤ ਕੇ ਅਸੀਂ ਇਸ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ ਜਿਸ ਕਾਰਨ ਸਾਡੇ ਦਿਲਾਂ ਵਿੱਚ ਇਲਾਹੀ ਗੁਰਬਾਣੀ ਦੀ ਉਚਮ ਉੱਚੀ ਤੇ ਸੂਚਮ ਸੂਚੀ ਕਦਰ ਤੇ ਕੀਮਤ ਹੀ ਨਹੀਂ ਰਹੀ ਇਥੋਂ ਤੱਕ ਇਸ ਨੂੰ ਸਮਝਣ ਤੇ ਕਮਾਉਣ ਦੀ ਲੋੜ ਹੀ ਨਹੀਂ ਜਾਪਦੀ ਗੁਰਬਾਣੀ ਦੀ ਕਦਰ ਕੀਮਤ ਇਤਨੀ ਸਾਡੇ ਅੰਦਰ ਘਟ ਗਈ ਹੈ ਕਿ ਇਸ ਨੂੰ ਸਮਝਣ ਤੇ ਆਪਣੇ ਜੀਵਨ ਵਿੱਚ ਢਾਲ ਕੇ ਕਮਾਉਣ ਦੀ ਲੋੜ ਹੀ ਨਹੀਂ ਪਾਸਦੀ ਸੋ ਗੁਰਸਿੱਖੀ ਦੇ ਹਿਤਕਾਰ ਹੀ ਆ ਅਤੇ ਸਿੱਖੀ ਜੀਵਨ ਦੇ ਉਸਾਰੂਆਂ ਦੇ ਧਿਆਨ ਗੋਚਰੇ ਏਠ ਲਿਖੇ ਕੁਝ ਵਿਚਾਰ ਪੇਸ਼ ਕੀਤੇ ਜਾਂਦੇ ਹਨ ਪਹਿਲਾ ਸਭ ਤੋਂ ਪਹਿਲਾ ਇਸ ਹਿਰਦੇ ਵੇਦਕ ਧਾਰਮਿਕ ਅਦੋਗਤੀ ਦੇ ਕਾਰਨਾ ਬਾਰੇ ਦੀਰਗ ਵਿਚਾਰ ਨਾਲ ਖੋਜ ਕਰਨ ਦੀ ਲੋੜ ਹੈ ਦੂਸਰਾ ਯਥਾ ਰਾਜਾ তথা ਪਰਜਾ ਦੇ ਕਥਨ ਅਨਸਾਰ ਕਿਸੇ ਧਰਮ ਦੀ ਮਹੱਤਤਾ ਉਸ ਦੀ ਉਚਾਈ ਉਸ ਦਾ ਪ੍ਰਕਾਸ਼ ਜਾਂ ਪ੍ਰਚਾਰ ਉਸ ਧਰਮ ਦੇ ਮੋਢੀਆਂ ਆਗੂਆਂ ਤੇ ਪ੍ਰਚਾਰਕਾਂ ਤੇ ਨਿਰਭਰ ਹੈ ਧਿਆਨ ਦੇਣਾ ਜੀ ਯਥਾ ਰਾਜਾ ਤਤਥਾ ਪਰਜਾ ਦੇ ਕਥਨ ਅਨਸਾਰ ਕਿਸੇ ਧਰਮ ਦੀ ਮਹਤਤਾ ਉਸ ਦੀ ਉਚਾਈ ਪ੍ਰਕਾਸ਼ ਜਾਂ ਪ੍ਰਚਾਰ ਉਸ ਧਰਮ ਦੇ ਮੋਢੀਆਂ ਆਗੂਆਂ ਤੇ ਪ੍ਰਚਾਰਕਾਂ ਤੇ ਨਿਰਭਰ ਹੈ ਅਫਸੋਸ ਨਾਲ ਕਹਿਣਾ ਪੈਂਦਾ ਹੈ ਦੇ ਧਰਮ ਪ੍ਰਚਾਰ ਦੀ ਅਗਵਾਈ ਕਰਨ ਵਾਲੇ ਬਹੁਤੇ ਆਗੂ ਖੁਦ ਹੀ ਗੁਰਬਾਣੀ ਦੇ ਅਨਭਵੀ ਗਿਆਨ ਤੋਂ ਅੰਜਾਨ ਹੋਣ ਕਾਰਨ ਗੁਰਬਾਣੀ ਜਾਂ ਗੁਰਸਿੱਖੀ ਨੂੰ ਫੋਕੇ ਜਾਂ ਅਧੂਰੇ ਦਿਮਾਗੀ ਗਿਆਨ ਦੁਆਰਾ ਹੀ ਪੇਸ਼ ਕਰਦੇ ਹਨ ਅਤੇ ਜਨਤਾ ਨੂੰ ਕਰਮ ਕਾਂਡਾਂ ਵਿੱਚ ਹੀ ਫਸਾਈ ਰੱਖਦੇ ਹਨ ਗੁਰਬਾਣੀ ਸਿੱਖਾਂ ਦਾ ਇਸ਼ਟੀ ਨਹੀਂ ਬਲਕਿ ਗੁਰਸਿੱਖੀ ਦਾ ਜੀਵਨ ਆਧਾਰ ਹੈ ਗੁਰਬਾਣੀ ਗੁਰਸਿੱਖੀ ਦਾ ਜੀਵਨ ਆਧਾਰ ਹੈ ਇਸ ਵਿੱਚ ਬ੍ਰह्म ਗਿਆਨ ਅਤੇ ਨਾਮ ਛੁਪਿਆ ਹੋਇਆ ਹੈ ਜਿਸ ਨੂੰ ਗੁਰਸਿੱਖਾਂ ਨੇ ਖੋਜ ਕੇ ਆਪਣੇ ਲਈ ਨਹੀਂ ਬਲਕਿ ਸਾਰੇ ਜਗਤ ਨੂੰ ਇਸ ਦਾ ਚਾਨਣ ਪੇਸ਼ ਕਰਨਾ ਹੈ ਇਹ ਸਾਡਾ ਫਰਜ਼ ਹੈ ਕਿ ਇਸ ਬ੍ਰह्म ਗਿਆਨ ਨਾਮ ਨੂੰ ਜੋ ਗੁਰਬਾਣੀ ਵਿੱਚ ਛੁਪਿਆ ਹੈ ਗੁਰਸਿੱਖਾਂ ਨੇ ਕੋ ਖੋਜ ਕੇ ਆਪਣੇ ਲਈ ਨਹੀਂ ਬਲਕਿ ਸਾਰੇ ਜਗਤ ਨੂੰ ਇਸ ਦਾ ਚਾਨਣ ਪੇਸ਼ ਕਰਨਾ ਹੈ ਪਰ ਸਾਡਾ ਗੁਰਬਾਣੀ ਨਾਲ ਸੰਬੰਧ ਸਿਰਫ ਪਾਠ ਪੂਜਾ ਤੱਕ ਸੀਮਤ ਲੋੜ ਇਸ ਗੱਲ ਦੀ ਹੈ ਕਿ ਗੁਰਬਾਣੀ ਵਿੱਚ ਛੁਪੇ ਹੋਏ ਨਾਮ ਸ਼ਬਦ ਅੰਮ੍ਰਿਤ ਆਤਮਿਕ ਪ੍ਰਕਾਸ਼ ਦੇ ਹੀਰੇ ਰਤਨ ਜਵਾਹਰ ਮਾਣਕ ਦੀ ਖੋਜ ਕਰਕੇ ਪਹਿਲੇ ਆਪਣਾ ਜੀਵਨ ਨਾਮ ਰੋ ਵਿੱਚ ਢਾਲੀਏ ਤੇ ਫਿਰ ਜਨਤਾ ਨੂੰ ਇਸ ਇਲਾਹੀ ਨਾਮ ਰੋਸ਼ਨੀ ਦੀ ਪ੍ਰੇਰਣਾ ਦੇਈਏ ਪਹਿਲੇ ਆਪਣਾ ਜੀਵਨ ਇਸ ਨਾਮ ਰੋ ਵਿੱਚ ਢਾਲੀਏ ਤੇ ਫਿਰ ਜਨਤਾ ਨੂੰ ਇਸ ਇਲਾਹੀ ਨਾਮ ਰੋਸ਼ਨੀ ਦੀ ਪ੍ਰੇਰਣਾ ਦੇਈਏ ਸੋ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਇਸ ਨੂੰ ਕਮਾ ਕੇ ਇਸ ਵਿੱਚ ਅੰਤਰ ਆਤਮੇ ਚੁਬੀਆਂ ਲਾ ਕੇ ਇਸ ਦੀਆਂ ਡੁੰਗੀਆਂ ਵਿੱਚੋਂ ਹੀਰੇ ਰਤਨ ਜਵਾਹਰ ਮਾਣਕ ਖੋਜਣੇ ਹਨ ਗੁਰਬਾਣੀ ਵਿਚਾਰ ਸੰਬੰਧੀ ਵੀ ਅਸੀਂ ਭੁਲੇਖੇ ਪਾਈ ਬੈਠੇ ਹਾਂ ਗੁਰਬਾਣੀ ਦੀ ਵਿਚਾਰ ਕਈ ਪਦਰਾਤੇ ਕੀਤੀ ਜਾਂਦੀ ਹੈ ਜਿਹਾ ਕਿ ਅਖਰੀ ਅਰਥ ਭਾਵ ਅਰਥਾਂ ਅੰਤਰੀ ਵਰਥ ਤੇ ਅਨਭਵੀ ਗਿਆਨ ਬਾਣੀ ਦੀਆਂ ਏਠ ਲਿਖੀਆਂ ਤੁਕਾਂ ਇਸ ਵਿਚਾਰ ਨੂੰ ਇਓਂ ਦਰਸਾਉਂਦੀਆਂ ਹਨ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪਰਤਖ ਗੁਰੂ ਨਿਸਤਾਰ। ਇਹ ਬਾਣੀ ਜੋ ਜੀਉ ਜਾਣੇ ਤਿਸ ਅੰਤਰ ਰਵੇ ਹਰਨਾਮਾ। ਸੋ ਸਾਡੀ ਬੁੱਧੀ ਦੀ ਸ਼ਕਤੀ ਤਾਂ ਅਖਰੀ ਅਰਥ ਜਾਂ ਭਾਵ ਅਰਥ ਕਰਨ ਤੱਕ ਸੀਮਤ ਹੈ। ਅਨਭਵੀ ਅਰਥ ਜਾਂ ਅਨਭਵੀ ਪ੍ਰਕਾਸ਼ ਤਾਂ ਸਾਡੀ ਬੁੱਧੀ ਦੀ ਸਮਝ ਦੀ ਪਕੜ ਤੋਂ ਪਰੇ ਹੈ। ਇਸੇ ਲਈ ਅਸੀਂ ਗੁਰਬਾਣੀ ਦਾ ਪੂਰਾ ਪੂਰਾ ਆਤਮਕ ਲਾਭ ਨਹੀਂ ਲੈ ਰਹੇ ਦੂਸਰੇ ਲਫ਼ਜ਼ਾਂ ਵਿੱਚ ਅਸੀਂ ਸਿਰਫ ਅੱਖਰਾਂ ਵਿੱਚ ਹੀ ਫਸੇ ਹੋਏ ਹਾਂ ਤੇ ਇਹਨਾਂ ਅੱਖਰਾਂ ਦੇ ਪਿੱਛੇ ਛਿਪੇ ਇਲਾਹੀ ਅੰਮ੍ਰਿਤ अथवा ਨਾਮ ਤੋਂ ਵਾਂਝੇ ਜਾ ਰਹੇ ਹਾਂ ਫਿਰ ਦੁਹਰਾ ਦਈਏ ਕਿ ਅਸੀਂ ਸਿਰਫ ਅੱਖਰਾਂ ਵਿੱਚ ਹੀ ਫਸੇ ਹੋਏ ਹਾਂ ਤੇ ਇਹਨਾਂ ਅੱਖਰਾਂ ਦੇ ਪਿੱਛੇ ਛਿਪੇ ਇਲਾਹੀ ਅੰਮ੍ਰਿਤ अथवा ਨਾਮ ਤੋਂ ਵਾਂਝੇ ਜਾ ਰਹੇ ਹਾਂ ਇਹੀ ਕਾਰਨ ਹੈ ਕਿ ਅਸੀਂ ਬੁੱਧੀ ਮੰਡਲ ਵਿੱਚ ਮਾਇਕੀ ਰੰਗਣ ਨਾਲ ਲਥਪਥ ਹੋਏ ਗੁਰਬਾਣੀ ਦੇ ਅਨਭਵੀ ਪ੍ਰਕਾਸ਼ ਨਾਮ ਸ਼ਬਦ ਤੋਂ ਕੋਰੇ ਅੰਜਾਨ ਅਵੇਸਲੇ ਤੇ ਬੇਪਰਵਾ ਹੋ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਾਂ ਇਸੇ ਤਰ੍ਹਾਂ ਸਾਡਾ ਧਾਰਮਿਕ ਪ੍ਰਚਾਰ ਵੀ ਸਿਰਫ ਬੁੱਧੀ ਮੰਡਲ ਤੱਕ ਸੀਮਤ ਹੈ ਉਹ ਵੀ ਅਧੂਰਾ ਥੋਥਾ ਫੋਕਾ ਰੁੱਖਾ ਸੁੱਖਾ ਹੈ ਜੋ ਜਗਿਆਸੂਆਂ ਦੇ ਆਤਮਕ ਵਲਵਲਿਆਂ ਨੂੰ ਟੰਬਣ ਤੋਂ ਅਸਮਰਤ ਹੈ ਸਾਡਾ ਪਰਚਾਰ ਇਤਨਾ ਥੋਥਾ ਰੁੱਖਾ ਸੁੱਖਾ ਹੈ ਕਿ ਜਗਿਆਸੂਆਂ ਦੇ ਆਤਮਕ ਵਲਵਲਿਆਂ ਨੂੰ ਟੰਬਣ ਤੋਂ ਅਸਮਰਤ ਹੈ ਪਰਦੇਸਾਂ ਵਿੱਚ ਵੇਖਿਆ ਗਿਆ ਹੈ ਕਿ ਦੂਸਰੇ ਮਤਾਂ ਵਾਲੇ ਆਪਣੇ ਮਤਾਂ ਦਾ ਪਰਚਾਰ ਬਹੁਤ ਵੱਡੇ ਪੈਮਾਨੇ ਤੇ ਪੂਰੇ ਸੰਗਠਨ ਸਿਆਂਦ ਤੇ ਮਿਹਨਤ ਨਾਲ ਕਰਦੇ ਹਨ ਉਹ ਸੋਹਣੇ ਨਿੱਕੇ-ਨਿੱਕੇ ਅਣਗਿਣਤ ਪੱਤਰ ਜਾਂ ਕਿਤਾਬਾਂ ਚ ਘਰ-ਘਰ ਜਾ ਕੇ ਜਾਂ ਸਾਂਝੇ ਸਥਾਨਾਂ ਵਿੱਚ ਵੰਡੇ ਹਨ ਰੇਡੀਓ ਟੀਵੀ ਤੇ ਵੀਡੀਓ ਦਾ ਲੋਕਾਂ ਤਾਈਂ ਧਰਮ ਸੰਦੇਸ਼ ਪਹੁੰਚਾਉਣ ਲਈ ਵੱਧ ਤੋਂ ਵੱਧ ਪ੍ਰਯੋਗ ਕਰਦੇ ਹਨ ਇਸਾਈਆਂ ਨੇ ਆਪਣੇ ਗ੍ਰੰਥ ਬਾਈਬਲ ਤੇ ਹੋਰ ਧਾਰਮਿਕ ਲਿਖਤਾਂ ਦਾ 45 ਤੋਂ ਵੱਧ ਬੋਲੀਆਂ ਵਿੱਚ ਉਲੱਥਾ ਕਰਕੇ ਵੰਡਿਆ ਹੈ ਉਹਨਾਂ ਦੇ ਮੁਕਾਬਲੇ ਤੇ ਸਾਡੇ ਪ੍ਰਚਾਰ ਦਾ ਉਦਮ ਬਹੁਤ ਘੱਟ ਹੈ ਇਹ ਪ੍ਰਚਾਰ ਵੀ ਕਿਸੇ ਕੇਂਦਰੀਏ ਮਜ਼ਬੂਤ ਸੰਗਠਨ ਤੋਂ ਬਗੈਰ ਹੋ ਰਿਹਾ ਹੈ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਵੀ ਬੇਦਿਲੀ ਬੇਪਰਵਾਹੀ ਵਿੱਚ ਦਿਲਚਸਪੀ ਤੇ ਲਗਨ ਤੋਂ ਬਗੈਰ ਸਿਰਫ ਲੋਕ ਦਿਖਾਵਾ ਜਾਂ ਲੋਕ ਪਰਚਾਵੇ ਲਈ ਹੈ ਅਸੀਂ ਧਾਰਮਿਕ ਪ੍ਰਚਾਰ ਲਗਨ ਨਾਲ ਨਹੀਂ ਕਰਦੇ ਕਿਉਂਕਿ ਸਾਡੀ ਬੁੱਧੀ ਬਿਰਤੀ ਤੇ ਰੁਚੀ ਹੋਰ ਬੇਲੋੜੇ ਖਲਜਗਨਾ ਵਿੱਚ ਖਚਤ ਹੈ ਸਾਡੇ ਅੰਦਰ ਗੁਰਬਾਣੀ ਦੀ ਆਤਮਿਕ ਰੋਸ਼ਨੀ ਤੋਂ ਆਪ ਲਾਭ ਉਠਾਉਣ ਤੇ ਜਗ ਵਿੱਚ ਫੈਲਾਉਣ ਲਈ ਤੀਬਰ ਲਗਨ ਵਾਲਾ ਉਮਾਹਾ ਚਾਅ ਜਾਂ ਜੋਸ਼ ਨਹੀਂ ਹੈ ਸਾਨੂੰ ਦੂਜੇ ਮਤਾਂ ਦੇ ਪ੍ਰਚਾਰਕਾਂ ਤੋਂ ਸਬਕ ਸਿੱਖਣ ਦੀ ਲੋੜ ਹੈ ਅੱਜਕੱਲ੍ਹ ਬਹੁਤ ਸਾਰੀਆਂ ਕਿਤਾਬਾਂ ਧਾਰਮਿਕ ਪੁਸਤਕਾਂ ਧਰਮ ਪ੍ਰਚਾਰ ਦੇ ਨਾਮੇ ਇੱਥੇ ਲਿਖੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਦਿਮਾਗੀ ਗਿਆਨ ਦੀਆਂ ਹੀ ਉਡਾਰੀਆਂ ਹਨ ਇਹਨਾਂ ਵਿੱਚ ਆਤਮਾ ਨੂੰ ਟੁੰਬਣ ਵਾਲੀ ਕੋਈ ਇਲਾਹੀ ਕਿਰਨਾ ਦੀ ਚਲਕ ਪ੍ਰਤੀਤ ਨਹੀਂ ਹੁੰਦੀ ਪੜ੍ਹ ਸੁਣ ਕੇ ਦਿਮਾਗੀ ਸ਼ੁਗਲ ਹੀ ਹੁੰਦਾ ਹੈ ਆਪਣਾ ਅਸਲੀ ਆਤਮਕਨ ਬਾਉ ਨਾ ਹੋਣ ਕਾਰਨ ਇਨ੍ਹਾਂ ਲਿਖਤਾਂ ਵਿੱਚ ਦੂਜੀਆਂ ਆਤਮਾਵਾਂ ਨੂੰ ਟੁੰਬਣ ਦੀ ਸ਼ਕਤੀ ਜਾਂ ਸਮਰੱਥਾ ਨਹੀਂ ਹੁੰਦੀ। ਇਹ ਹੀ ਹਾਲ ਸਾਡੇ ਧਾਰਮਿਕ ਮਾਸਿਕ ਪੱਤਰਾਂ, ਅਖਬਾਰਾਂ ਤੇ ਕਿਤਾਬਾਂ ਦਾ ਹੈ। ਜੋ ਕਿ ਸਾਡੇ ਠੁੱਲੇ ਮਾਇਕੀ ਮੰਦੀਆਂ, ਨੀਵੀਆਂ ਰੁਚੀਆਂ ਨੂੰ ਹੀ ਟੁੰਬਦੀਆਂ ਹਨ। ਸਾਡੀਆਂ ਲਾਇਬ੍ਰੇਰੀਆਂ ਅਤੇ ਵਿਦਿਅਕ ਆਧਾਰਿਆਂ ਤੇ ਸਟੱਡੀ ਸਰਕਲਸ ਦਾ ਵੀ ਇਹੀ ਹਾਲ ਹੈ। ਕਿਸੇ ਸਮੁੱਚੀ ਕੌਮ ਦੇ ਆਚਰਣ ਜਾਂ ਧਾਰਮਿਕ ਪੱਦਰ ਦੀ ਕਸਵੱਟੀ ਇਹ ਹੈ। ਕਿ ਉਸ ਕੌਮ ਵਿੱਚ ਕਿਸ ਪੱਦਰ ਦੀ ਕਿਸ ਪੱਦਰ ਦੀਆਂ ਲਿਖਤਾਂ ਦੀ ਗਾਹ ਕੀ ਹੈ ਡਿਮਾਂਡ ਕਿਹੜੀ ਹੈ ਗੁਰੂ ਸਹਿਬਾਨ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਧਰਮ ਧਾਰਮਿਕ ਕਰਮਕਾਂਡ ਰੁੱਖੇ ਸੁੱਕੇ ਤੇ ਸਵਾਰਥੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਨਾਮ ਦੀ ਜੀਵਨ ਰੌ ਉੱਕਾਈ ਉੱਡ ਚੁੱਕੀ ਸੀ ਇਹ ਸਿਰਫ ਪਖੰਡ ਤੇ ਮਰਦਾ ਸਾਧਨ ਹੀ ਬਣ ਕੇ ਰਹਿ ਗਏ ਸਨ ਧਾਰਮਿਕ ਆਗੂਆਂ ਨੇ ਧਰਮ ਦੀ ਆੜ ਵਿੱਚ ਆਪਣੇ ਸਵਾਰਥ ਲਈ ਲੁੱਟ ਖਸੁੱਟ ਤੇ ਆਪਾ ਧਾਪੀ ਪਾਈ ਹੋਈ ਸੀ ਜਦ ਧਰਮ ਦੇ ਠੇਕੇਦਾਰਾਂ ਦੀ ਇਹੋ ਜੀ ਅਦੋਗਤੀ ਸੀ ਤਾਂ ਆਮ ਜਨਤਾ ਦੀ ਧਾਰਮਿਕ ਅਵਸਥਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਸੋ ਲੋਕਾਇ ਦੀ ਇਸ ਤਰਸਯੋਗ ਹਾਲਤ ਤੇ ਰਹਿਮ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਫਿਰ ਸੰਸਾਰ ਵਿੱਚ ਅਵਤਾਰ ਧਾਰਨਾ ਪਿਆ ਉਸ ਸਮੇਂ ਵਿੱਚ ਪਰਚਲਤ ਫੋਕੇ ਕਰਮ ਕਾਂਡਾਂ ਦਾ ਗੁਰਬਾਣੀ ਵਿੱਚ ਇਸ ਤਰ੍ਹਾਂ ਖੰਡਨ ਕੀਤਾ ਹੈ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭਇ ਅੰਗਮ ਸਾਦੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਦਕ ਅਹੰਗ ਬੁਧਬਾ ਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੈ ਬੁਧ ਬਿਬੇ ਕਾ ਮੋਨ ਭਇਓ ਕਰਪਾ ਤੀ ਰਿਓ ਨਗਨ ਫਿਰਿਓ ਬਨਮਾਈ ਤਟ ਤੀਰਤ ਸਭ ਧਰਤੀ ਪਰਿਓ ਦੁਬਦਾ ਛੁਟਕੇ ਨਾ ਈ मन कामना तीरथ जाय बसियो सिर करवट तराए मन की मैल ना उतरे बे जे लाख जतन कराए कनक कामनी है वर गै वर बोबे दान दतारा अनबस्तर भूम बो अर्पए न मिलिए हर दुवारा पूजा अर्चना बंधन डंडोत खटकर मारत रहता हां हां करत बंधन में परया न मिलिए ए जुक्ता ਜੋਗ ਸਿਧ ਆਸਣ 84 ਇਹ ਵੀ ਕਰ ਕਰ ਰਹਾ ਵਢੀ ਆਰ ਜਾ ਫਿਰ ਫਿਰ ਜਨਮੇ ਹਰਿ ਸਿਉ ਸੰਗ ਨਾ ਗਿਆ ਕਿਰਿਆ achar ਕਰੇ ਖਟ ਕਰ ਮੈਂ ਤਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੇ ਹੋ ਮੈਂ ਬਿਨ ਗੁਰ ਬਾਜੀ ਹਾਰੀ ਖੜ ਸ਼ਾਸਤਰ ਵਿਚਰਤ ਮੁਖ ਗਿਆਨ ਨਾ ਪੂਜਾ ਤਿਲਕ ਤੀਰਥ ਇਸ਼ਨਾਨ ਨਿਵਲੀ ਕਰਮ ਆਸਨ 84 인ਮੇ ਸ਼ਾਂਤ ਨਾ ਆਵੇ ਜੀਓ ਅਨਕ ਬਰਕ ਕੀਏ ਜਬ ਤਾਪਾ ਗਵਨ ਕੀਆ ਧਰਤੀ ਪਰਮਾਤਾ ਇੱਕਨ ਹਿਰਦੈ ਸ਼ਾਂਤ ਨਾ ਆਵੇ ਜੋਗੀ ਬੋੜ ਬੋੜ ਉੱਠਤਾ ਵੈ ਜੀ ਸੁ ਸੰਸਾਰ ਦੀ ਇਹੋ ਜਈ ਧਾਰਮਿਕ ਅਦੋਗਤੀ ਨੂੰ ਸੁਧਾਰਨ ਲਈ ਲੋਕਾਈ ਨੂੰ ਸਹੀ ਆਤਮਿਕ ਸੇਧ ਦੇ ਕੇ ਪਰਮਾਰਥ ਵੱਲ ਪ੍ਰੇਰਨ ਲਈ ਗੁਰੂ ਸਾਹਿਬਾਂ ਨੇ 10 ਜਾਮੇ ਧਾਰ ਕੇ ਸਾਡੀ ਧਾਰਮਿਕ ਤੇ ਆਤਮਕ ਅਗਵਾਈ ਕੀਤੀ ਅਤੇ ਤੁਰਕੀ ਬਾਣੀ ਬਖਸ਼ੀ ਇਸ ਤੁਰਕੀ ਬਾਣੀ ਵਿੱਚ ਉਚਮ ਉਚੇ ਸੂਚਮ ਸੂਚੇ ਆਤਮਕ ਉਪਦੇਸ਼ਾਂ ਦੁਆਰਾ ਜੀਵਨ ਨੂੰ ਸਫਲ ਕਰਕੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਕਰਨ ਦੀ ਜਾਚ ਸਿਖਾਈ ਉਹ ਕੀ ਉਪਦੇਸ਼ ਸੀ ਕਿ ਸਾਡੇ ਆਪੇ ਦੀਆਂ ਤਿੰਨ ਤਹਿਾਂ ਹਨ ਇਕ ਸਾਡਾ ਤਨ ਹੈ ਇਕ ਸਾਡਾ ਮਨ ਹੈ ਇਹ ਧੁਰ ਅੰਦਰ ਸਾਡੀ ਆਤਮਾ ਜਦ ਤਾਈ ਇਹ ਸਾਡਾ ਤਨ ਤੇ ਮਨ ਭਰਮ ਪੁਲਾਵੇ ਵਾਲੀ ਕੂੜੀ ਮਾਇਆ ਤੇ ਤਰੇ ਗੁਣਾ ਵਿੱਚ ਹੋਮੇ ਵੜੇ ਆਪੇ ਵਿੱਚ ਵਿਚਰਦਾ ਹੈ ਇਹ ਪਰਮਪੂਲਾ ਆਪਾ ਬਾਰਮੁਖੀ ਹੋ ਕੇ ਕੂੜੀ ਮਾਇਆ ਦੇ ਅਨੇਕਾਂ ਰੰਗਾਂ ਦਾ ਅਸਰ ਲੈਂਦਾ ਰਹਿੰਦਾ ਹੈ ਤੇ ਉਸੇ ਅਨਸਾਰ ਸੋਚਦਾ ਤੇ ਕਰਮ ਕਰਦਾ ਹੋਇਆ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨਸਾਰ ਦੁਖ ਸੁਖ ਭੋਗਦਾ ਹੈ ਦੂਜੇ ਲਫ਼ਜ਼ਾਂ ਵਿੱਚ ਸਾਡਾ ਬਾਰਮੁਖੀ ਹੌਂ ਵਾਲਾ ਆਪਾ ਮਾਇਆ ਦੀ ਠੀਲੀ ਫੌਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਇਹਨਾਂ ਦੀ ਰੰਗਤ ਲੈ ਕੇ ਇਹਨਾਂ ਦੇ ਸੁਰ ਵਿੱਚ पलच पलच सगली मुई ਝੂਠੇ ਤੰਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ ਧਿਆਨ ਦੇਣਾ ਜੀ ਸਾਡਾ ਤਨ ਤੇ ਮਨ ਇਹ ਬਾਹਰ ਮੁਖੀ ਹੋਂ ਵਾਲੇ ਆਪੇ ਦੀ ਆਦੀਨ ਹੈ ਤੇ ਇਹ ਹੋਂ ਵਾਲਾ ਜਿਹੜਾ ਆਪਾ ਹੈ ਇਹ ਮਾਇਆ ਦੀ ਠੀਲੀ ਫੌਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਆਦੀਨ ਹੋ ਕੇ ਇਹਨਾਂ ਦੀ ਰੰਗਤ ਲੈ ਕੇ ਇਹਨਾਂ ਦੇ ਸੁਰ ਵਿੱਚ पलच पलच सगली मुई ਝੂਠੇ ਤੰਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ ਇਸ ਤਰ੍ਹਾਂ ਇਹ ਜੀਵ ਆਪਣੇ ਕੇਂਦਰ ਆਪਣੇ ਅਸਲੀ ਆਪੇ ਤੋਂ ਆਪਣੀ ਅਗਿਆਨਤਾ ਦੁਆਰਾ ਟੁੱਟ ਕੇ ਬੇਸੁਰਾ ਹੋ ਕੇ ਅਕਾਲ ਪੁਰਖ ਦੀਆਂ ਉੱਚੀਆਂ ਸੂਚੀਆਂ ਇਲਾਹੀ ਦਾਤਾਂ ਪ੍ਰੀਤ ਪ੍ਰੇਮ ਰਸ ਚਾਹ ਤੋਂ ਵਾਂਝਾ ਰਹਿ ਜਾਂਦਾ ਹੈ ਇਸ ਤਰ੍ਹਾਂ ਸਾਰੀ ਦੁਨੀਆ ਹਉਮੇਵੇੜੇ ਪਰਮ ਭੁਲੇਖੇ ਵਿੱਚ ਰੁੜੀ ਜਾਂਦੀ ਹੈ ਆਪਣੇ ਕੇਂਦਰ ਆਤਮਾ ਤੋਂ ਬੇਖਬਰ ਹੋ ਕੇ ਮਾਇਆ ਦੀ ਸੁਰ ਵਿੱਚ ਜੀਵਨ ਬਤੀਤ ਕਰਦੀ ਹੈ ਤੇ ਆਪਣੇ ਅਸਲੀ ਆਪੇ ਨੂੰ ਭੁਲਾ ਕੇ ਉਸ ਦੇ ਸੁਖਦਾਈ ਹੁਕਮ ਤੋਂ ਬੇਸੁਰੀ ਹੋਈ ਹੋਈ ਹੈ ਪਰ ਦੁਖਦਾਈ ਗੱਲ ਤਾਂ ਇਹ ਹੈ ਕਿ ਗੁਰਬਾਣੀ ਨੂੰ ਮੰਨਣ ਵਾਲਿਆਂ ਤੇ ਪ੍ਰਚਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ ਸਾਰੀ ਦੁਨੀਆ ਤਾਂ ਆਪਣੇ ਕੇਂਦਰ ਆਤਮਾ ਤੋਂ ਬੇਖਬਰ ਹੈ ਮਾਇਆ ਦੇ ਸਰਵੇ ਜੀਵਨ ਬਤੀਤ ਕਰਦੀ ਆਪਣੇ ਅਸਲੀ ਆਪੇ ਨੂੰ ਭੁਲਾ ਚੁੱਕੀ ਹੈ ਪਰ ਦੁਖਦਾਈ ਗੱਲ ਇਹ ਹੈ ਕਿ ਗੁਰਬਾਣੀ ਨੂੰ ਮੰਨਣ ਵਾਲਿਆਂ ਤੇ ਗੁਰਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ ਉਹਨਾਂ ਦੀ ਕਹਿਣੀ ਤੇ ਰਹਿਣੀ ਵਿੱਚ ਬਹੁਤ ਫਰਕ ਹੈ ਸਾਰੀ ਗੁਰਬਾਣੀ ਤਾਂ ਸਾਨੂੰ ਮਾਇਆ ਦੀ ਗੁਲਾਮੀ ਤੋਂ ਕੱਢ ਕੇ ਆਤਮਾ ਦੀ ਖੁੱਲੀ ਆਜ਼ਾਦੀ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਨਾਲ ਸੁਰ ਹੋਣ ਲਈ ਉਪਦੇਸ਼ ਦਿੰਦੀ ਹੈ ਇਸ ਬਾਾਰੇ ਗੁਰਬਾਣੀ ਵਿੱਚ ਸਪਸ਼ਟ ਤੌਰ ਤੇ ਤਾੜਨਾ ਕੀਤੀ ਗਈ ਹੈ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਧਿਆਨ ਦੇਣਾ ਜੀ ਇਹ ਗੁਰਬਾਣੀ ਹੈ ਸੱਚ ਹੈ ਅਵਰ ਉਪਦੇਸ਼ ਹੈ ਆਪ ਨਾ ਕਰੇ ਨਤੀਜਾ ਆਵਤ ਜਾਵਤ ਜਨਮੈ ਮਰੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਨੇ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬੇਰਾਨੀ ਰਾਖ ਤੇ ਖਾਇਆ ਕਰ ਕਾ ਖੇਤ ਸਾਡੀ ਸਮੇਂ ਧਾਰਮਿਕ ਗਿਰਾਵਟ ਜਾਂ ਗਿਲਾਨੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਕਹਿਣੀ ਤੇ ਰਹਿਣੀ ਵਿੱਚ ਬਹੁਤ ਵੱਡਾ ਪਾੜਾ ਹੈ ਧਿਆਨ ਦੇਣਾ ਜੀ ਸਾਡੀ ਗਿਲਾਨੀ ਦਾ ਮੁਢਲਾ ਕਾਰਨ ਕੀ ਹੈ ਕਿ ਸਾਡੀ ਕਹਿਣੀ ਤੇ ਫਿਰ ਸਾਡੀ ਰਹਿਣੀ ਵਿੱਚ ਬਹੁਤ ਵੱਡਾ ਪਾੜਾ ਹੈ ਜਿਸ ਕਾਰਨ ਜਨਤਾ ਵਿੱਚ ਧਰਮ ਤੋਂ ਬੇਪਰਵਾਹੀ ਜਾਂ ਨਾਸਤਿਕਤਾ ਦਾ ਦਾਣ ਜਾਣੀ ਪ੍ਰਚਾਰ ਹੋ ਰਿਹਾ ਹੈ ਉਹ ਦੇਖਦੇ ਆ ਨਾ ਅਸੀਂ ਜੋ ਕਹਿ ਰਹੇ ਆ ਸਾਡਾ ਜੀਵਨ ਉਸ ਤੋਂ ਉਲਟ ਹੈ ਇਸ ਕਾਰਨ ਜਨਤਾ ਵਿੱਚ ਧਰਮ ਤੋਂ ਬੇਪਰਵਾਹੀ ਜਾਂ ਨਾਸਤਿਕਤਾ ਦਾ ਦਾਣ ਜਾਣੀ ਪ੍ਰਚਾਰ ਹੋ ਰਿਹਾ ਹੈ ਜਿਸ ਦੇ ਜ਼ਿੰਮੇਵਾਰ ਅਸੀਂ ਆਸਤਕ ਨਾਸਤਕ ਹਾਂ ਜਿਹੜੇ ਬਾਹਰੋਂ ਤਾਂ ਆਸਤਕ ਨਜ਼ਰ ਆਉਂਦੇ ਹਾਂ ਪਰ ਅੰਦਰੋਂ ਨਾਸਤਿਕ ਹੀ ਹੁੰਦੇ ਆ ਜਿਨ੍ਹਾਂ ਨੂੰ ਦੇਖ ਕੇ ਆਮ ਜਨਤਾ ਧਰਮ ਤੋਂ ਬੇਪਰਵਾਹ ਤੇ ਅਵੇਸਲੀ ਹੋਣ ਲੱਗ ਪਈ ਹੈ ਤੇ ਕਈ ਸ਼ਰਧਾਵਾਨ ਆਸਤਿਕ ਵੀ ਨਾਸਤਿਕਤਾ ਵੱਲ ਰੁੜੇ ਜਾ ਰਹੇ ਹਨ ਸੋ ਧਰਮ ਨੂੰ ਅਸੀਂ ਸਿਰਫ ਸਰੀਰਕ ਕਰਮकांडਾਂ ਤੇ ਦਿਮਾਗੀ ਗਿਆਨ ਦਾ ਸ਼ੁਗਲ ਬਣਾ ਛੱਡਿਆ ਹੈ ਅਤੇ ਧਰਮ ਦੇ ਕੇਂਦਰ ਆਤਮਾ ਤੋਂ ਅ ਗਿਆਨ ਬੇਖਬਰ ਤੇ ਅੰਜਾਨ ਹੁੰਦੇ ਜਾ ਰਹੇ ਹਨ ਕਾਵੇਂ ਸਾਰੀ ਗੁਰਬਾਣੀ ਸਾਨੂੰ ਸਾਡੇ ਅਸਲੇ ਪਰਮਾਤਮਾ ਵੱਲ ਪ੍ਰੇਰਦੀ ਹੈ ਇਹ ਸਾਡੇ ਪਾਠ ਇਹ ਕੀਰਤਨ ਕਥਾ ਜਾਂ ਲੈਕਚਰ ਦਾ ਅਸਰ ਸਾਡੇ ਮਨ ਬੁੱਧੀ ਤੇ ਬਲਵਲਿਆਂ ਤੋਂ ਏਠਾ ਹੀ ਨਹੀਂ ਉਤਰਦਾ ਹਾਂਜੀ ਸਾਡਾ ਪਾਠ ਕੀਰਤਨ ਕਥਾ ਤੇ ਲੈਕਚਰ ਦਾ ਅਸਰ ਸਾਡੇ ਮਨ ਬੁੱਧੀ ਤੇ ਬਲਵਲਿਆਂ ਤੋਂ ਏਠਾ ਹੀ ਨਹੀਂ ਉਤਰਦਾ ਸੋ ਗੁਰ ਉਪਦੇਸ਼ਾਂ ਦੀ ਏ ਰੰਗਤ ਸਾਡੇ ਮਨ ਤਨ ਬੁੱਧੀ ਤੋਂ ਹੀਠਾਂ ਆਤਮਾ ਤਾਈ ਉਤਾਰਨ ਲਈ ਸਤਿਗੁਰਾਂ ਨੇ ਬਹੁਤ ਸੌਖੀ ਤੇ ਸਰਲ ਵਿਧੀ ਦੱਸੀ ਹੈ ਉਹ ਹੈ ਸਿਮਰਨ ਧਿਆਨ ਦੇਣਾ ਜੀ ਗੁਰਬਾਣੀ ਦੇ ਅਸਰ ਨੂੰ ਪਾਠ ਦੇ ਅਸਰ ਨੂੰ ਕੀਰਤਨ ਦੇ ਅਸਰ ਨੂੰ ਲੈਕਚਰ ਕਥਾ ਦੇ ਅਸਰ ਨੂੰ ਆਤਮਾ ਤਾਈ ਉਤਾਰਨ ਦਾ ਇੱਕੋ ਇੱਕ ਸਾਧਨ ਹੈ ਕਿ ਨਾਲ-ਨਾਲ ਸਿਮਰਨ ਕਰੀਏ ਸਿਮਰਨੀ ਐਸਾ ਇੱਕੋ ਇੱਕ ਗੁਰਬਾਣੀ ਦਾ ਤਾਕੀ ਦੀ ਹੁਕਮ ਹੈ ਜਿਸ ਨੂੰ ਸਿੱਖ ਜਗਤ ਨੇ ਜਾਣ ਬੁੱਝ ਕੇ ਅਵੇਸਲੇ ਤੇ ਮਚਲੇ ਹੋ ਕੇ ਚੰਗੀ ਤਰ੍ਹਾਂ ਵਿਸਾਰਿਆ ਹੋਇਆ ਹੈ ਜਦ ਸਤਗੁਰੂ ਦਾ ਤਾਕੀ ਦੀ ਹੁਕਮ ਸਾਡੇ ਪ੍ਰਚਾਰਕ ਖੁਦ ਹੀ ਨਹੀਂ ਕਮਾਉਂਦੇ ਤਾਂ ਆਮ ਜਨਤਾ ਦਾ ਕੀ ਕਸੂਰ ਹੈ ਸੋ ਪਹਿਲਾਂ ਸਾਨੂੰ ਹੀਠ ਲਿਖੀਆਂ ਗੱਲਾਂ ਚੰਗੀ ਤਰ੍ਹਾਂ ਦ੍ਰਿੜ ਕਰਨੀਆਂ ਪੈਣਗੀਆਂ ਕਿ ਅਸੀਂ ਸ਼ਰੀਰ ਮਨ ਤੇ ਬੁੱਧੀ ਨਹੀਂ ਇਨਾਂ ਤੋਂ ਪਰੇ ਸਾਡਾ ਅਸਲੀ ਆਪਾ ਸਾਡੀ ਆਤਮਾ ਹੈ ਤੇ ਅਸੀਂ ਆਪਣੇ ਸਰੀਰ ਹਉਮੇਵੇੜੇ ਮਨ ਤੇ ਬੁੱਧੀ ਨੂੰ ਮਾਇਕੀ ਗੁਲਾਮੀ ਵਿੱਚੋਂ ਕੱਢ ਕੇ ਆਤਮਾ ਦੇ ਪ੍ਰਾਇਣ ਕਰਨਾ ਹੈ ਧਿਆਨ ਦੇਣਾ ਜੀ ਅਸੀਂ ਆਪਣੇ ਸਰੀਰ ਆਪਣੇ ਹਉਮੇਵੇੜੇ ਮਨ ਤੇ ਆਪਣੀ ਬੁੱਧੀ ਨੂੰ ਮਾਇਕੀ ਗੁਲਾਮੀ ਵਿੱਚੋਂ ਕੱਢ ਕੇ ਆਤਮਾ ਦੇ ਪ੍ਰਾਇਣ ਕਰਨਾ ਹੈ ਇਸ ਤਰ੍ਹਾਂ ਉਸ ਦੇ ਹੁਕਮ ਵਿੱਚ ਸੁਰ ਰਹਿਣਾ ਹੈ ਇਹ ਅਤ ਕਠਨ ਖੇਲ ਹੈ ਮਨ ਬੁੱਧੀ ਹਉਮੇ ਵੇੜੇ ਮਨ ਨੂੰ ਆਤਮਾ ਦੇ ਪ੍ਰਾਣ ਕਰਨਾ ਇੱਕ ਕਠਨ ਖੇਲ ਹੈ ਪਰ ਸਤਗੁਰੂ ਦੀ ਕਿਰਪਾ ਦੁਆਰਾ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਦੀ ਵਿਧੀ ਨਾਲ ਸੋਖੀ ਹੋ ਜਾਂਦੀ ਹੈ ਇੱਕੋ ਤਰੀਕਾ ਹੈ ਆਪਣੇ ਮਨ ਨੂੰ ਸ਼ਰੀਰ ਨੂੰ ਹਉਮੇ ਵੇੜੇ ਆਪੇ ਨੂੰ ਅਸਲੀ ਆਤਮਾ ਦੇ ਅਧੀਨ ਕਰਨ ਦਾ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਉਪਰਲੀ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਸਾਡੇ ਇਹ ਬਾਹਰमुखी ਕਰਮਕਾਂਡ ਪਾਠ ਪੂਜਾ ਤੇ ਧਾਰਮਿਕ ਪ੍ਰਚਾਰ ਦੇ ਉਦਮ ਤੇ ਸਾਧਨ ਸਾਰੇ ਹੀ ਹੋਮੇ ਦੀ ਦੁਨੀਆ ਤਵਾ ਤਰੇ ਗੁਣਾ ਤੱਕ ਸੀਮਤ ਹਨ ਤੇ ਅਸੀਂ ਇਸ ਉਪਰੇ ਤੇ ਅਧੂਰੀ ਕਿਰਿਆ ਕਰਮ ਵਿੱਚ ਹੀ ਸੰਤੁਸ਼ਟ ਹਾਂ ਸਿਰਫ ਸੰਤੁਸ਼ਟੀ ਨਹੀਂ ਬਲਕਿ ਹੰਕਾਰੇ ਫਿਰਦੇ ਹਾਂ ਅਤੇ ਭਲੇ ਭਲੇਰੇ ਬਣ ਕੇ ਹੋਰ ਉਹਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ ਇਸ ਤਰ੍ਹਾਂ ਸੀ ਆਪਣੀ ਹੋਂਮੈ ਨੂੰ ਹੀ ਪੱਠੇ ਪਾ ਰਹੇ ਹਾਂ ਹੋਂਮ ਵਿੱਚ ਸਚਿਆਰ ਕੂੜਿਆਰ ਹੋਂਮ ਵਿੱਚ ਪਾਪ ਪੁੰਨ ਵਿਚਾਰ ਸੋ ਚੰਗੀ ਤਰ੍ਹਾਂ ਸਮਝਣ ਤੇ ਦ੍ਰਿੜ ਕਰਨ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸਾਡੇ ਪਾਠ ਪੂਜਾ ਤੇ ਇਹਨਾਂ ਦੇ ਪ੍ਰਚਾਰ ਦੇ ਸਾਧਨ ਗੁਰਬਾਣੀ ਦਾ ਅਨਭਵੀ ਪ੍ਰਕਾਸ਼ ਨਾਮ ਸ਼ਬਦ ਨੂੰ ਬੁੱਝਣ ਸੀਜਣ ਤੇ ਪਹਿਚਾਨਣ ਲਈ ਯਤਨ ਹਨ ਨਤੀਜਾ ਨਹੀਂ ਇਹ ਸਾਧਨ ਹਨ ਪੂਰਨਤਾ ਨਹੀਂ ਇਹ ਪੌੜੀਆਂ ਹਨ ਸ਼ਿਖਰ ਨਹੀਂ ਇਹ ਯਾਤਰਾ ਹੈ ਮੰਜ਼ਲ ਨਹੀਂ ਕਲਾਸਾਂ ਹਨ ਡਿਗਰੀ ਨਹੀਂ ਇਹ ਗਿਆਨ ਹੈ ਪ੍ਰਕਾਸ਼ ਨਹੀਂ ਇਹ ਕਿਰਿਆ ਹੈ ਨਤੀਜਾ ਨਹੀਂ ਫਲ ਹੈ ਰਸ ਨਹੀਂ ਫੁੱਲ ਹੈ ਮਹਿਕ ਨਹੀਂ ਤ੍ਰੈ ਗੁਣਾ ਵਿੱਚ ਰਹਿੰਦਿਆਂ ਹੋਇਆਂ ਅਸੀਂ ਧਰਮ ਵੀ ਕਮਾਉਣਾ ਹੈ ਤੇ ਪ੍ਰਚਾਰ ਵੀ ਕਰਨਾ ਹੈ ਪਰ ਇਸੇ ਨੂੰ ਪੂਰਨਤਾ ਮੰਜ਼ਲ ਤੇ ਸ਼ਿਖਰ ਸਮਝ ਕੇ ਇੱਥੇ ਹੀ ਸੰਤੁਸ਼ਟ ਹੋ ਕੇ ਆਫਰੇ ਨਹੀਂ ਫਿਰਨਾ ਸਾਨੂੰ ਯਤਨ ਕਰਨ ਦਾ ਹੁਕਮ ਹੈ ਤੇ ਇਸ ਯਤਨ ਦਾ ਨਤੀਜਾ ਫਲ ਤੇ ਪੂਰਨਤਾ ਦੀ ਬਖਸ਼ਿਸ਼ ਸਤਗੁਰੂ ਦੀ ਮਿਹਰ ਤੇ ਗੁਰਪ੍ਰਸਾਦ ਅਨਸਾਰ ਆਉਂਦੀ ਹੈ ਧਿਆਨ ਦੇਣਾ ਜੀ ਸਾਨੂੰ ਤਾਂ ਯਤਨ ਕਰਨ ਦਾ ਹੁਕਮ ਹੈ ਪਰ ਇਸ ਯਤਨ ਦਾ ਨਤੀਜਾ ਕਦੋਂ ਨਿਕਲਦਾ ਹੈ ਇਸ ਯਤਨ ਦਾ ਨਤੀਜਾ ਫਲ ਤੇ ਪੂਰਨਤਾ ਦੀ ਬਖਸ਼ਿਸ਼ ਇਹ ਸਤਗੁਰੂ ਦੀ ਮਿਹਰ ਤੇ ਗੁਰਪ੍ਰਸਾਦ ਅਨਸਾਰ ਆਉਂਦੀ ਹੈ ਜੇੋ ਜੇ ਦੋ ਦਿਲੇ ਬੇਰੁਖੇ ਸ਼ਰਦਾਹੀਣ ਅਧੂਰੇ ਫੋਕੇ ਰੁਖੇ ਸੁਖੇ ਮਰਦਾ ਸਾਧਨਾ ਸੀ ਵਰਤ ਰਹੇ ਹਾਂ ਉਹ ਜੇ ਸਾਨੂੰ ਫਲ ਅਤੇ ਨਤੀਜੇ ਮਿਲ ਰਹੇ ਹਨ ਤੇ ਉਹ ਜੀ ਸਾਡੀ ਸ਼ਰੀਰਕ ਮਾਨਸਿਕ ਤੇ ਧਾਰਮਿਕ ਅਵਸਥਾ ਹੁੰਦੀ ਜਾ ਰਹੀ ਹੈ ਜਿਸ ਦੀ ਝਲਕ ਜਾਂ ਰੰਗਤ ਸਾਡੇ ਜੀਵਨ ਦੇ ਹਰ ਪਹਿਲੂ ਤੇ ਸਮੁੱਚੀ ਕੌਮ ਦੇ ਸਦਾਚਾਰ ਤੇ ਧਾਰਮਿਕ ਅਵਸਥਾ ਵਿੱਚੋਂ ਪਰਤਕ ਉਗੜ ਕੇ ਸਾਹਮਣੇ ਆ ਰਹੀ ਹੈ ਪੁਰਾਣੇ ਜ਼ਮਾਨੇ ਦੇ ਇਤਿਹਾਸ ਵਿੱਚੋਂ ਪਤਾ ਲੱਗਦਾ ਹੈ ਕਿ ਸਦੀਆਂ ਪਹਿਲਾਂ ਕਈ ਧਰਮ ਅਤੇ ਸਦਾਚਾਰ ਭਿੰਨ-ਭਿੰਨ ਦੇਸ਼ਾਂ ਜਿਵੇਂ ਕਿ ਇਜੀਪਟ ਗ੍ਰੀਸ ਈਰਾਨ ਚੀਨ ਤਿੱਬਤ ਅਤੇ ਭਾਰਤ ਵਿੱਚ ਪ੍ਰਗਟ ਹੋਏ ਤੇ ਜਦ ਤਾਈ ਉਹਨਾਂ ਵਿੱਚ ਆਤਮਿਕ ਰੋਸ਼ਨੀ ਦੀ ਚਲਕ अथवा ਨਾਮ ਜਾਂ ਇਲਾਹੀ ਜੀਵਨ ਰੌ ਵਗਦੀ ਰਹੀ ਉਹ ਚੜ੍ਹਦੀਆਂ ਕਲਾਂ ਵਿੱਚ ਪਰਫੁੱਲਤ ਹੁੰਦੇ ਰਹੇ ਪਰ ਸਮਾ ਪਾ ਕੇ ਉਹਨਾਂ ਵਿੱਚੋਂ ਇਲਾਹੀ ਪ੍ਰਕਾਸ਼ ਤੇ ਜੀਵਨ ਰੌ ਮਦਮ ਪੈ ਗਈ ਤੇ ਉਹ ਬਾਹਰ ਮੁਖੀ ਧਰਮ ਵੀ ਅਗਿਆਨਤਾ ਦੇ ਹਨੇਰੇ ਵਿੱਚ ਅਲੋਪ ਹੋਂਦੇ ਗਏ ਜਦ ਤਾਈ ਉਹਨਾਂ ਵਿੱਚ ਨਾਮ ਪ੍ਰਜਵਲਤ ਸੀ ਤਤ ਤਾਈ ਉਹ ਚੜ੍ਹਦੀਆਂ ਕਲਾਂ ਵਿੱਚ ਰਹੇ ਤੇ ਜਿਉਂ ਹੀ ਜੀਵਨ ਰੌ ਮਦਮ ਪੈ ਗਈ ਉਹ ਬਾਹਰ ਮੁਖੀ ਧਰਮ ਵੀ ਅਗਿਆਨਤਾ ਦੇ ਹਨੇਰੇ ਵਿੱਚ ਅਲੋਪ ਹੋਂਦੇ ਗਏ ਜੇ ਇਸੇ ਤਰ੍ਹਾਂ ਸਿੱਖ ਕੌਮ ਵੀ ਗੁਰਬਾਣੀ ਤੇ ਨਾਮ ਰੋਸ਼ ਨਾਮ ਸਿਮਰਨ ਦੀ ਰੋਸ਼ਨੀ ਤੋਂ ਅਵੇਸਲੀ ਤੇ ਮਝਲੀ ਹੋ ਕੇ ਵਾਂਜੀ ਆਉਂਦੀ ਗਈ ਤੇ ਮਾਇਆ ਦੇ ਪਾਉਜਲ ਵਿਖਮਸਗਾਹ ਵਿੱਚ ਰੁੜੀ ਗਈ ਤਾਂ ਸਾਡਾ ਵੀ ਉਹੀ ਹਸ਼ਰ ਹੋਣ ਦਾ ਖਤਰਾ ਹੈ ਜੋ ਪੁਰਾਣੇ ਧਰਮਾਂ ਨਾਲ ਹੋਇਆ ਜਿਹੜੇ ਅਲੋਪ ਹੋ ਗਏ ਜੇ ਇਸੇ ਤਰ੍ਹਾਂ ਸਿੱਖ ਕੌਮ ਵੀ ਗੁਰਬਾਣੀ ਤੇ ਨਾਮ ਸਿਮਰਨ ਦੀ ਰੋਸ਼ਨੀ ਤੋਂ ਅਵੇਸਲੀ ਤੇ ਮੱਝਲੀ ਹੋ ਕੇ ਵਾਂਝੀ ਹੁੰਦੀ ਗਈ ਤੇ ਮਾਇਆ ਦੇ ਪਾਉਜਲ ਬੇਖਮਸਗਾਵਲ ਰੁੜੀ ਗਈ ਤਾਂ ਸਾਡਾ ਵੀ ਉਹੀ ਹਸ਼ਰ ਹੋਣ ਦਾ ਖਤਰਾ ਹੈ ਸੋ ਇਸ ਖਤਰੇ ਤੋਂ ਬਚਣ ਲਈ ਸਾਨੂੰ ਗੁਰਬਾਣੀ ਦੇ ਇਸ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰਨਾ ਚਾਹੀਦਾ ਹੈ ਹਾਂਜੀ ਇਹ ਉਪਦੇਸ਼ ਸਾਰਿਆਂ ਲਈ ਸਾਂਝਾ ਹੈ ਭੈਣ ਵੀਰ ਬੁੱਢਾ ਜਵਾਨ ਬੱਚਾ ਸਭ ਲਈ ਆਪਣੇ ਪੰਥ ਨੂੰ ਚੜ੍ਹਦੀਆਂ ਕਲਾਂ ਵੱਲ ਜਾਣ ਲਈ ਇਹ ਉਪਦੇਸ਼ ਆਪਣੇ ਜੀਵਨ ਵਿੱਚ ਢਾਲ ਲੈਣਾ ਚਾਹੀਦਾ ਹੈ ਕਿਹੜਾ ਹੈ ਗੁਰਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਗੁਰਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਕਿਹੜੀ ਸੇਵਾ ਕਰਨੀ ਹੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਇਆਲ ਹੋਵੇ ਮੇਰਾ Swami ਕਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ ਪਹਿਲਾ ਆਪ ਜਪੈ ਫਿਰ ਅਵਰ ਇਨਾਮ ਜਪਾਵੇ ਗੁਰਬਾਣੀ ਵਿਚਾਰ ਲੇਖ ਨੰਬਰ 12 ਧਰਮ ਪ੍ਰਚਾਰ ਭਾਗ ਪਹਿਲਾ 12 ਨੰਬਰ ਵਿੱਚ ਦੋ ਭਾਗ ਹਨ ਪਹਿਲਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ